ਬਟਾਲਾ ਚ ਦੇਖਣ ਨੂੰ ਮਿਲਿਆ ਸ਼ੋਲੇ ਫਿਲਮ ਦਾ ਸੀਨ। ਸ਼ਰਾਬ ਦੇ ਨਸ਼ੇ ਚ ਧੁੱਤ ਵਿਅਕਤੀ ਚੜਿਆ ਪਾਣੀ ਦੀ ਟੈਂਕੀ ਤੇ। ਪੁਲਿਸ ਨੂੰ 4 ਘੰਟੇ ਪਾਈ ਰੱਖਿਆ ਵਕਤ। ਗਲਤੀ ਹੋ ਗਈ ਮੇਰੇ ਕੋਲ, ਮਾਫੀ ਮੰਗਣਾ ਸਾਰੇ ਪਿੰਡ ਵਾਲਿਆਂ ਕੋਲ। ਅੱਗੋਂ ਤੋਂ ਸ਼ਰਾਬ ਨਹੀਂ ਪੀਵਾਂਗਾ, ਕੋਈ ਮੇਰੇ ਕੋਲ ਗਲਤ ਕੰਮ ਨਹੀਂ ਹੋਏਗਾ। ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਈਸ਼ਰ ਸ਼ਰਮਾ ਸਵਾਗਤ ਕਰਦੀ ਹਾਂ। ਬਟਾਲਾ ਦੇ ਨਜ਼ਦੀਕੀ ਕਸਬਾ ਨੌਸ਼ਹਿਰਾ ਮੱਝਾ ਸਿੰਘ 'ਚ ਸ਼ੋਲੇ ਫਿਲਮ ਦਾ ਸੀਨ ਦੇਖਣ ਨੂੰ ਮਿਲਿਆ। ਜਿਵੇਂ ਸ਼ੋਲੇ ਫਿਲਮ ਦੇ ਵਿੱਚ ਵੀਰੂ ਦਾ ਕਿਰਦਾਰ ਨਿਭਾਉਣ ਵਾਲੇ ਧਰਮਿੰਦਰ ਪਾਣੀ ਦੀ ਟੈਂਕੀ ਤੇ ਚੜੇ ਸੀ, ਠੀਕ ਉਸੇ ਤਰ੍ਹਾਂ ਬਟਾਲਾ ਦੇ ਵਿੱਚ ਵੀ ਇੱਕ ਸ਼ਖਸ ਸ਼ਰਾਬ ਦੇ ਨਸ਼ੇ 'ਚ ਧੁੱਤ 100 ਫੁੱਟੀ ਪਾਣੀ ਦੀ ਟੈਂਕੀ ਤੇ ਚੜ ਗਿਆ ਅਤੇ 4 ਘੰਟੇ ਟੈਂਕੀ ਤੇ ਹੀ ਬੈਠਿਆ ਰਿਹਾ ਅਤੇ ਖੂਬ ਤਮਾਸ਼ਾ ਵੀ ਕੀਤਾ। ਸੋ ਇਹ ਸੀਨ ਦੇ ਕੇ ਲੋਕਾਂ ਨੂੰ ਸ਼ੋਲੇ ਫਿਲਮ ਦੇ ਵਿੱਚ ਵੀਰੂ ਦਾ ਕਿਰਦਾਰ ਨਿਭਾਉਣ ਵਾਲੇ ਧਰਮਿੰਦਰ ਦੀ ਯਾਦ ਆ ਗਈ। ਸੋ ਜਿਵੇਂ ਹੀ ਸ਼ਖਸ ਪਾਣੀ ਦੀ ਟੈਂਕੀ ਤੇ ਚੜਿਆ ਤਾਂ ਉਸਨੇ ਚੜਨ ਤੋਂ ਬਾਅਦ ਪਾਣੀ ਦੀ ਟੈਂਕੀ ਦੀ ਜੋ ਲੋਹੇ ਵਾਲੀ ਪੌੜੀ ਸੀ ਉਸਨੂੰ ਵੀ ਤੋੜ ਦਿੱਤਾ ਤੇ ਉਸ ਤੋਂ ਬਾਅਦ ਜਿਵੇਂ ਹੀ ਨਸ਼ਾ ਉਤਰਿਆ ਤਾਂ ਸ਼ਖਸ ਤਰਲੇ ਮਿੰਟਾ ਪਾਉਣ ਲੱਗਿਆ ਕਿ ਉਸਨੂੰ ਕਿਸੇ ਵੀ ਹਾਲਤ ਦੇ ਵਿੱਚ ਨੀਚੇ ਉਤਾਰਿਆ ਜਾਵੇ। ਤਾਂ ਲੋਕਾਂ ਅਤੇ ਪੁਲਿਸ ਨੇ ਬੜੀ ਹੀ ਮੁਸ਼ਕਲ ਦੇ ਨਾਲ ਵੀਰੂ ਬਣੇ ਸ਼ਖਸ ਨੂੰ ਲੱਕੜ ਦੀ ਪੌੜੀ ਰਾਹੀਂ ਨੀਚੇ ਉਤਾਰਿਆ ਅਤੇ ਫਿਰ ਸ਼ਖਸ ਲੋਕਾਂ ਕੋਲੋਂ ਅਤੇ ਪੁਲਿਸ ਦੇ ਕੋਲੋਂ ਮੁਆਫੀ ਮੰਗਣ ਲੱਗਿਆ। ਸੋ ਅੱਗੇ ਗੱਲਬਾਤ ਕਰਦੇ ਹਾਂ, ਇਸ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸ਼ਖਸ ਦਾ ਕੀ ਕੁਝ ਕਹਿਣਾ ਹੈ, ਤੁਸੀਂ ਵੀ ਸੁਣੋ। ਗਲਤੀ ਹੋ ਗਈ ਮੇਰੇ ਕੋਲ, ਮਾਫੀ ਮੰਗਣਾ ਸਾਰੇ ਪਿੰਡ ਵਾਲਿਆਂ ਕੋਲ। ਅੱਗੋਂ ਤੋਂ ਸ਼ਰਾਬ ਨਹੀਂ ਪੀਵਾਂਗਾ, ਕੋਈ ਮੇਰੇ ਕੋਲ ਗਲਤ ਕੰਮ ਨਹੀਂ ਹੋਏਗਾ। ਮੈਂ ਸ਼ੁਕਰ ਮਹਾਰਾਜ ਦਾ, ਨੀਲੀ ਛੱਤ ਵਾਲੇ ਦਾ, SSP ਦਾ ਮੈਂ ਧੰਨਵਾਦ। ਉਹਦੇ ਬੱਚੇ ਰਾਜੀ ਰਹਿਣ ਜਿਹਨੇ ਮੈਨੂੰ ਜ਼ਿੰਦਗੀ ਦਿੱਤੀ ਹੈ। ਉਹਨੇ ਚੜਿਆ ਕਿਉਂ ਸੀ ਭਾਜੀ, ਨੂੰ ਪੁੱਛਦੇ ਲੈਣ ਦਾ ਚੜਿਆ ਕਿਉਂ ਸੀ? ਬਾਹਰ ਡੇਰੇ ਤੇ ਕਿਸੇ ਦੇ ਘਰ ਰਹਿੰਦਾ ਸੀ, ਚਲੋ ਉਹ ਵੀ ਲਿਆਂਦੇ ਜਾ ਕੇ, ਉਹਨਾਂ ਆਖੇ ਵੀ ਨੀ ਉਤਰਿਆ, ਠੀਕ ਆ। ਤੁਹਾਨੂੰ ਪਤਾ ਹੀ ਆ ਬਾਕੀ ਜਦੋਂ ਲਾਇਆ ਜਦੋਂ ਯਾਰ ਨੂੰ ਇਹਨੇ ਲੋਹੇ ਦੀ ਪੌੜੀ ਉਹ ਵੀ ਸੁੱਟਤੀ ਤੇ 3 ਵਜੇ ਦਾ ਚੜਿਆ ਜੇ ਤੇ ਸ਼ਰਾਬ ਇਹਨੇ ਪੀਤੀ ਲਗਾਤਾਰ 10-12 ਦਿਨ ਹੋ ਗਏ ਸ਼ਰਾਬ ਪੀਣ ਡਿਆ। ਇਹ ਕੋਈ 3 ਵਜੇ ਦਾ ਚੜਿਆ ਸੀ। ਸਾਨੂੰ ਤੇ ਮਿਲ ਨਹੀਂ ਦਿੱਤਾ ਸਰ, ਇੱਥੇ ਤੇ ਭੀੜ ਹੀ ਜਾਂਦੀ ਬਣ ਗਈ ਤੇ ਲਾਲਾ ਹੋ ਗਈ, ਸਾਨੂੰ ਤੇ ਪਤਾ ਹੀ ਨਹੀਂ ਲੱਗਾ। ਉਹਦੀ ਗੁੱਡੀ ਲੈ ਗਈ, ਉਹਦੀ ਗੁੱਡੀ ਲੈ ਗਈ। ਚੜ੍ਹਦੀ ਕਲਾ ਟਾਈਮ ਟੀਵੀ ਲਈ ਬਟਾਲਾ ਤੋਂ ਜਸਵਿੰਦਰ ਸਿੰਘ ਦੀ ਖਾਸ ਰਿਪੋਰਟ।